ਹੋ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ, ਸੈਂਟਰ ਨਾ ਪੇਚਾ ਫਿਰ ਪੈਣਾ ਇੱਕ ਵਾਰੀ। ਜਦੋਂ ਕਰੇਂਗੀ ਕਿਸਾਨਾਂ ਨੂੰ ਖਰਾਬ, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ, ਦਿੱਲੀਏ ਨੀ ਤੇਰੀ ਹਿੱਕ ਤੇ। ਕਿਸਾਨਾਂ ਦਾ 13 ਫਰਵਰੀ ਨੂੰ ਦਿੱਲੀ ਕੂਚ, ਹਲੇ ਕਿਸਾਨਾਂ ਨੇ ਤਾਂ ਆਉਣਾ ਪਰ ਕਿਸਾਨਾਂ ਨੂੰ ਸਮਰਥਨ ਮਿਲਣਾ ਸ਼ੁਰੂ ਹੋ ਗਿਆ। ਪਿਛਲੇ ਅੰਦੋਲਨ ਦੇ ਦੌਰਾਨ ਅਸੀਂ ਦੇਖਿਆ ਕਿ ਗਾਇਕ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਏ ਸੀ ਔਰ ਆਪਣੇ ਤਰੀਕੇ ਦੇ ਨਾਲ ਸਮਰਥਨ ਜੋੜਿਆ ਸੀ ਕਿਸਾਨਾਂ ਦੇ ਲਈ। ਔਰ ਇਸ ਵਾਰ ਹਲੇ ਕਿਸਾਨਾਂ ਨੇ ਤਾਂ ਪਹੁੰਚਣਾ, ਉਦੋਂ ਪਹਿਲਾਂ ਜਿੱਥੇ ਹਰਿਆਣਾ ਪੁਲਿਸ ਨੇ ਆਪਦੇ ਮਜ਼ਬੂਤ ਬੈਰੀਕੇਡ ਲਾਏ ਆ ਸ਼ੰਭੂ ਬੈਰੀਅਰ ਤੇ ਘੱਗਰ ਨਦੀ ਦੇ ਉੱਤੇ, ਤਾਂ ਦੂਜੇ ਪਾਸੇ ਕਿਸਾਨਾਂ ਦੇ ਲਈ ਹੱਲਾ ਸ਼ੇਰੀ ਦੇਣ ਵੀ ਵੱਡੇ ਨਾਮ ਪਹੁੰਚਣ ਲੱਗੇ ਨੇ ਪੰਜਾਬੀ ਗਾਇਕੀ ਦੇ। ਪੰਜਾਬੀ ਗਾਇਕ ਰੇਸ਼ਮ ਅਨਮੋਲ ਸਭ ਤੋਂ ਪਹਿਲਾਂ ਹਾਜ਼ਰੀ ਇਹਨਾਂ ਨੇ ਲਵਾਤੀ ਹੈ, ਕਿਉਂਕਿ ਪਿਛਲੀ ਵਾਰ ਵੀ ਜਦੋਂ ਅੰਦੋਲਨ ਹੋਇਆ ਸੀ ਤਾਂ ਪਿਛਲੀ ਵਾਰ ਵੀ ਰੇਸ਼ਮ ਤੁਸੀਂ ਇਸੇ ਸਥਾਨ ਤੋਂ, ਮੈਨੂੰ ਲੱਗਦਾ ਇਸੇ ਜਗ੍ਹਾ ਤੋਂ ਆ ਕੇ ਸ਼ੁਰੂਆਤ ਕੀਤੀ ਸੀ ਜਦੋਂ ਦੀਪ ਸਿੱਧੂ ਤੇ ਪ੍ਰੀਤ ਤ੍ਰਿਪਾਲ ਬਾਕੀ ਆਏ ਸੀ, ਉਦੋਂ ਤੁਸੀਂ ਵੀ ਆ ਕੇ ਇੱਥੇ ਸ਼ੁਰੂਆਤ ਕੀਤੀ। ਹਾਂਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਫਰਜ਼ ਨਿਭਾਈਏ ਜਾ ਕੇ ਇੱਕ ਕਿਸਾਨ ਹੋਣ ਦੇ ਨਾਤੇ, ਕਿਉਂਕਿ ਕਲਾਕਾਰੀ ਬਾਅਦ 'ਚ ਹੈ ਔਰ ਕਿਸਾਨੀ ਪਹਿਲੇ ਨੰਬਰ 'ਤੇ ਹੈ। ਅਤੇ ਦਿੱਲੀ ਨੂੰ ਜਿੱਤ ਕੇ ਪੰਜਾਬ ਚੱਲਿਆ, ਸਾਡੇ ਗਾਣੇ ਨੂੰ ਬੜਾ ਪਿਆਰ ਦਿੱਤਾ ਅਤੇ ਮੈਂ ਕਹਿੰਦਾ ਗਾਣੇ ਤੋਂ ਸ਼ੁਰੂ ਕਰੀਏ ਆਪਾਂ। ਜੀ ਹੋ ਭਰ ਲਓ ਟਰਾਲੀਆਂ ਤੇ ਖਿੱਚ ਲਓ ਤਿਆਰੀ, ਸੈਂਟਰ ਨਾ ਪੇਚਾ ਫਿਰ ਪੈਣਾ ਇੱਕ ਵਾਰੀ। ਜਦੋਂ ਕਰੇਂਗੀ ਕਿਸਾਨਾਂ ਨੂੰ ਖਰਾਬ, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ, ਦਿੱਲੀਏ ਨੀ ਤੇਰੀ ਹਿੱਕ ਤੇ। ਧੂੰਆਂ ਤੈਨੂੰ ਚੜ੍ਹਦਾ ਏ ਖੇਤਾਂ ਦੀ ਪਰਾਲੀ ਦਾ, ਮਿਹਨਤਾਂ ਨਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ। MSP ਕਰਾਉਣੀ ਤੈਨੂੰ ਯਾਦ, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। UP ਹਰਿਆਣਾ ਨਾਲ ਹੋਰ ਵੀ ਸਟੇਟਾਂ ਨੇ, ਬਿੰਦਰਾ ਕੀ ਰੋਕਣਾ ਏ ਸਾਨੂੰ ਬੈਰੀਕੇਟਾਂ ਨੇ। ਵੇਖੀ ਸੜਕਾਂ ਤੇ ਛੂਕਦੇ ਜਹਾਜ਼, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। ਮੁਕਰੇ ਤੂੰ ਜਦੋਂ ਫਿਰ ਧਰਨੇ ਨੇ ਜੁੜੀ ਦੇ, ਦੋਸ਼ੀ ਖੁੱਲੇ ਫਿਰਦੇ ਲਖੀਮਪੁਰ ਖਿਰੀ ਦੇ, ਕਾਰਪੋਰੇਟਾਂ ਨਾਲ ਛੱਡਦੇ ਲਿਹਾਜ਼, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। ਭਾਰਤ ਰਤਨ ਦੇ ਕੇ ਢਿੱਡ ਨਹੀਂ ਉਹ ਭਰਨਾ, ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੈਣਾ ਲਾਗੂ ਕਰਨਾ, ਮਾਰੂ ਨੀਤੀਆਂ ਦੇ ਬੰਦ ਕਰ ਕਾਜ, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ, ਦਿੱਲੀਏ ਨੀ ਤੇਰੀ ਹਿੱਕ ਤੇ ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ। ਨਵਾਂ ਗਾਣਾ ਵੀ ਤਿਆਰ ਕਰ ਲਿਆ ਰੇਸ਼ਮ ਅਨਮੋਲ ਹੋਰਾਂ ਨੇ ਔਰ ਪਿਛਲੀ ਵਾਰ ਵੀ ਦੇਖਿਆ ਸੀ ਜਦੋਂ ਇਸ ਤਰ੍ਹਾਂ ਦੇ ਗਾਣੇ ਵੱਜਦੇ ਦੇਖੇ ਸੀ ਤਾਂ ਜਿਹੜਾ ਨੌਜਵਾਨ ਹੈ ਉਹਦੇ 'ਚ ਇੱਕ ਵੱਖਰਾ ਉਤਸ਼ਾਹ ਭਰਿਆ ਗਿਆ ਸੀ। ਉਹ ਤਾਂ ਉਦੋਂ ਤਾਂ ਗਾਣੇ ਬਾਅਦ 'ਚ ਆਏ ਸੀ ਪਰ ਐਤਕੀ ਮੋਰਚੇ ਤੋਂ ਪਹਿਲਾਂ ਹੀ ਰੇਸ਼ਮ ਅਨਮੋਲ ਨੇ ਗਾਣਾ ਵੀ ਤਿਆਰ ਕਰ ਲਿਆ। ਅਤੇ ਕੀ ਲੱਗਦਾ ਹੈ ਕਿ ਇਸ ਵਾਰ ਆ ਬੈਰੀਕੇਡ ਵੀ ਤੁਸੀਂ ਵੇਖ ਲਏ ਪਿੱਛੇ ਲੱਗੇ ਹੋਏ, ਇਹਨਾਂ ਬੈਰੀਕੇਡਾਂ ਦੇ ਹਾਲਾਤ ਵੀ ਵੇਖ ਲਏ ਅਤੇ ਕਿਸਾਨਾਂ ਦੇ ਵੀ ਵੇਖ ਲਏ, ਕੀ ਲੱਗਦਾ ਕੀ ਨਿਬੜੂ? ਮੇਰਾ ਪਰਸੋਂ ਚੌਥੇ ਸ਼ੋਅ ਸੀਗਾ ਪੀਲੀ ਭੀਤ ਲਖੀਮਪੁਰ ਦੇ ਏਰੀਏ ਦੇ ਵਿੱਚ, ਇੱਕ ਮੈਂ ਕਾਸ਼ੀਪੁਰ ਲਾ ਕੇ ਆਇਆ ਉੱਤਰਾਖੰਡ
ਉੱਥੇ ਮੈਂ ਫੇਸਬੁੱਕ 'ਤੇ ਵੀਡੀਓ ਵੀ ਪਾਇਆ, ਇੱਕ ਬਾਈ ਸੀਗਾ ਹਰਪਾਲ ਸਿੰਘ ਚਿੰਮਾ, ਜਦੋਂ ਲਖੀਮਪੁਰ ਖੀਰੀ ਦੇ ਵਿੱਚ ਟਰੈਕਟਰ ਸੋਰੀ ਗੱਡੀ ਚੜ੍ਹਾਈ ਗਈ ਕਿਸਾਨਾਂ 'ਤੇ, ਉਹ ਵਿਚਾਰੇ ਦੀਆਂ ਲੱਤਾਂ ਟੁੱਟ ਗਈਆਂ, ਦੋਵੇਂ ਪਿੱਛੇ ਰੀੜ੍ਹ ਦੇ ਹੱਡੀ ਦੇ ਵਿੱਚ ਵੀ ਪ੍ਰੋਬਲਮ ਹੈ, ਉਸ ਸਟੇਜ 'ਤੇ ਮੈਨੂੰ ਫਰਮਾਇਸ਼ ਕਰਨ ਆਇਆ, ਬਾਈ ਇਹ ਗਾਣਾ ਲਾ ਦੇ ਆਪਣੇ ਬਾਰੇ ਉਹਨੇ ਦੱਸਿਆ, ਅਤੇ ਮੈਂ ਉਹਨੂੰ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਕੁਛ, ਇੱਕ ਰੁਪਿਆ ਨਹੀਂ ਮਿਲਿਆ, ਤਾਂ ਮੈਨੂੰ ਉਦੋਂ ਫੀਲ ਹੋਇਆ ਯਾਰ ਵੀ ਹੈ ਨਾ, ਇੱਦਾਂ ਦੇ ਸੈਂਕੜਾ ਹੀ ਕਿਸਾਨ ਨੇ, ਉਹਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ, ਅਤੇ MSP ਦਾ ਜਿਹੜਾ ਮੁੱਦਾ ਹੈਗਾ ਬਹੁਤ ਵੱਡਾ, ਕਿਉਂਕਿ ਜਦੋਂ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ CMC ਗੁਜਰਾਤ ਦੇ, ਇਹ ਆਪ ਕਹਿੰਦੇ ਹੁੰਦੇ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ, C2+50 ਦਾ ਜਿਹੜਾ ਫਾਰਮੂਲਾ ਹੈ, ਅਤੇ MSP ਦਾ ਕਾਨੂੰਨ ਕਹਿੰਦੇ ਜਿਹੜਾ ਵੀ ਆਪਾਂ ਬਣਾਵਾਂਗੇ, ਤਾਂ ਉਹ ਬੜੀਆਂ ਜਾਇਜ਼ ਮੰਗਾਂ ਨੇ। ਮੈਨੂੰ ਉਦੋਂ ਫੀਲ ਹੋਇਆ ਉੱਥੋਂ ਆ ਕੇ, ਮੈਂ ਬਿੰਦਰ ਮਾਨ ਜੀ ਨੂੰ ਫੋਨ ਮਾਰਿਆ, ਜਿਹੜੇ ਸਾਡੇ ਦਿੱਲੀ ਨੇ ਜਿੱਤ ਕੇ ਪੰਜਾਬ ਦੇ ਰਾਈਟਰ ਨੇ, ਤਾਂ ਉਹਨਾਂ ਨੇ ਇਹ ਗਾਣਾ ਮੈਨੂੰ ਲਿਖ ਕੇ ਦਿੱਤਾ, ਅਤੇ ਕੱਲ੍ਹ ਮੈਂ ਸੁੱਤਾ ਨਹੀਂ ਸਾਰੀ ਰਾਤ, ਹੁਣ ਵੀ ਨੀਂਦ ਨਹੀਂ ਪੂਰੀ ਹੋਈ, 2 ਦਿਨ ਤੋਂ ਲੱਗਿਆ ਹੋਇਆ ਗਾਣਾ ਕੰਪਲੀਟ। ਲੱਗਦਾ ਕੀ ਹੈ, ਕਿਉਂ ਐਸੇ ਹਾਲਾਤ ਪੈਦਾ ਹੋ ਜਾਂਦੇ ਆ, ਜਦੋਂ ਪਿਛਲੀ ਵਾਰ ਬਹੁਤ ਮੁੱਦਿਆਂ 'ਤੇ ਕਹਿਤਾ ਸੀਗਾ ਵੀ ਹਾਂ ਸਹਿਮਤੀ ਬਣ ਗਈ ਜੀ, ਗੱਲ ਨਿਬੜ ਜੂਗੀ, ਉਹ ਫਿਰ ਉਸ ਤੋਂ ਬਾਅਦ ਕੀ ਕਿਸਾਨਾਂ ਨੂੰ ਸਰ ਪੰਜਾਬ ਵਾਪਸ ਹੀ ਭੇਜਣਾ ਚਾਹੁੰਦੇ ਸੀ, ਉਸ ਤੋਂ ਬਾਅਦ ਕੈਸੀ ਕਿਹੜੀ ਰਾਜਨੀਤੀ ਜਿਹੜੀ ਨਜ਼ਰ ਆ ਗਈ ਕਿ ਨਾ ਤਾਂ ਉਹ ਮੰਗਾਂ ਪੂਰੀਆਂ ਹੋਈਆਂ ਅਤੇ ਕਿਸਾਨਾਂ ਨੂੰ ਦੁਬਾਰਾ ਆ ਕੇ ਫਿਰ ਤੋਂ ਸੰਘਰਸ਼ ਦਾ ਐਲਾਨ ਕਰਨਾ ਪਿਆ? ਸਾਡੇ ਨਾ ਕੁਛ ਤਾਂ ਆਗੂ ਵਿੱਚ ਗੜਬੜ ਕਰ ਦਿੰਦੇ ਆ, ਹੈ ਨਾ, ਕੁਝ ਪੈਸੇ ਪੂਹੇ ਖਾ ਲੈਂਦੇ ਆ, ਹੈ ਨਾ। ਮੇਰੀ ਤਾਂ ਇੱਛਾ ਸੀਗੀ ਉਦੋਂ MSP ਦਾ ਕਾਨੂੰਨ ਲੈ ਕੇ ਹੀ ਉੱਠਦੇ, ਹੈ ਨਾ। MSP ਦਾ ਕਾਨੂੰਨ ਇੰਨੀ ਵੱਡੀ ਕ੍ਰਾਂਤੀ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਪਾਣੀਆਂ ਦੇ ਮੁੱਦੇ ਦੀ ਕਿ ਪਾਣੀ ਤੁਹਾਡਾ ਖਤਮ ਹੁੰਦਾ ਜਾ ਰਿਹਾ, ਇਕੱਲੇ ਪੰਜਾਬ ਹਰਿਆਣੇ ਦਾ ਨਹੀਂ, ਵਰਲਡ ਦਾ, ਇੰਡੀਆ ਦਾ, ਹੈ ਨਾ। ਅਤੇ ਜਦੋਂ ਮੈਨੂੰ ਪਤਾ ਲੱਗ ਗਿਆ ਕਿ MSP ਦਾ ਕਾਨੂੰਨ ਬਣ ਗਿਆ, ਵੀ ਮੈਨੂੰ ਮੂੰਗੀ ਦਾ ਵੀ ਰੇਟ ਜਿੰਨਾ ਹੈਗਾ ਉਨਾ ਮਿਲਣਾ, ਮੈਨੂੰ ਛੋਲਿਆਂ ਦਾ ਵੀ ਮਿਲਣਾ, ਮੈਨੂੰ ਸੂਰਜਮੁਖੀ ਦਾ ਵੀ ਮਿਲਣਾ, ਮੈਨੂੰ ਸਰੋਂ ਦਾ ਵੀ ਮਿਲਣਾ, ਜਦੋਂ ਸਾਰੀਆਂ ਚੀਜ਼ਾਂ ਦਾ ਮੈਨੂੰ ਪਤਾ ਲੱਗਿਆ ਫਿਰ ਮੈਂ ਝੋਨੇ ਦੇ ਪਿੱਛੇ ਕਿਉਂ ਜਾਊਂਗਾ, ਹੈ ਨਾ। ਜਦੋਂ ਉਹ ਕਾਨੂੰਨ ਬਣ ਗਿਆ, ਡਾਈਵਰਸੀਫਿਕੇਸ਼ਨ ਆਏਗੀ ਫਸਲਾਂ, ਹੈ ਨਾ, ਅਲੱਗ ਅਲੱਗ ਫਸਲਾਂ ਆਉਣਗੀਆਂ, ਪਾਣੀ ਝੋਨਾ ਖਾ ਜਾਂਦਾ ਬਹੁਤ ਜ਼ਿਆਦਾ, ਹੈ ਨਾ, ਪਾਣੀ ਦਾ ਬਚਾਅ ਹੋਊਗਾ ਔਰ ਕਿਸਾਨਾਂ ਦਾ ਲਾਈਫ ਸਟਾਈਲ ਵਧੀਆ ਹੋਊਗਾ। ਪਰ ਜਿਹੜਾ ਇਹ ਕਾਰਪੋਰੇਟ ਮਾਡਲ ਹੈ, ਇਕੱਲੇ ਇੰਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਅਮੈਰੀਕਾ 6-7 ਮਹੀਨੇ ਲਾ ਕੇ ਆਇਆ, ਉੱਥੇ ਮੈਂ ਦੇਖਿਆ ਜਿਹੜੇ ਕਾਨੂੰਨ ਨੇ ਲਾਗੂ ਹੋ ਚੁੱਕੇ ਨੇ ਉੱਥੇ, ਅਤੇ ਛੋਟਾ ਕਿਸਾਨ ਤਾਂ ਹੈ ਹੀ ਨਹੀਂ ਉੱਥੇ, ਹਜ਼ਾਰ 2-2 ਹਜ਼ਾਰ ਏਕੜ ਦੇ ਫਾਰਮ ਨੇ ਕਾਰਪੋਰੇਟ ਦੇ, ਉਹੀ ਤੈਅ ਕਰਦੇ ਨੇ ਭਾਈ ਦਾਲ ਕਿੰਨੇ ਰੇਟ ਲੈਣੀ ਆ ਤੂੰ, ਰੋਟੀ ਕਿੰਨੇ ਰੇਟ ਤੈਨੂੰ ਮਿਲੇਗੀ, ਜਾਂ ਛੋਲੇ ਜਾਂ ਜੋ ਵੀ ਚੀਜ਼ਾਂ ਹੈਗੀਆਂ ਖਾਣ ਪੀਣ ਵਾਲੀਆਂ, ਹਰ ਇੱਕ ਚੀਜ਼ ਉਹੀ ਡਿਸਾਈਡ ਕਰਦੇ ਆ। ਤਾਂ ਇੱਥੇ ਵੀ ਉਹ ਕਾਰਪੋਰੇਟ ਮਾਡਲ ਹੈ ਜਦੋਂ ਮਿਕਸ ਹੋ ਜਾਂਦਾ ਹੈ, ਕਈ ਵਾਰੀ ਸਾਡੇ ਵਿੱਚ ਕਿਸਾਨੀ ਆਗੂ ਵੀ ਗੜਬੜ ਕਰ ਦਿੰਦੇ ਆ। ਜਦੋਂ ਕੋਈ ਚੀਜ਼ ਮਿਲ ਰਹੀ ਹੈ ਚੰਗੇ ਤਰੀਕੇ ਨਾਲ ਇੱਕੋ ਵਾਰ ਲੈ ਲੈਣੀ ਚਾਹੀਦੀ, ਕੋਈ ਵੀ ਸਰਕਾਰ ਕੋਸ਼ਿਸ਼ ਕਰਦੀ ਹੈ ਵੀ ਟਾਲੋ ਇਹਨੂੰ। ਤੇ ਜਿਹੜਾ ਹੁਣ ਤਰੀਕਾ ਇਹਨਾਂ ਨੇ ਵਰਤਿਆ, ਜਿਵੇਂ ਆ ਹਾਈਵੇ ਬੰਦ ਕੀਤਾ, ਜਿਵੇਂ ਸਰੀਏ ਲਾਏ ਆ, ਜਿਵੇਂ ਕੰਕਰੀਟ ਭਰਤਾ, ਮੈਨੂੰ ਲੱਗਦਾ ਕਿ ਇਹਨਾਂ ਦਾ ਪੁਲ 'ਚ ਕੰਕਰੀਟ ਨਹੀਂ ਭਰਿਆ ਹੋਣਾ ਜਿੰਨਾ ਪੁਲ ਨੂੰ ਰੋਕਣ 'ਤੇ ਭਰਤਾ, ਲੋਕ ਪਾਣੀ ਦੇ ਵਿੱਚ ਦੀ ਹੇਠਦੇ, ਨਦੀ ਦੇ ਜਾਣ ਨੂੰ ਮਜਬੂਰ ਆ, ਇਹ ਤਰੀਕਾ ਕਿਵੇਂ ਦੇਖਦੇ? ਇਹ ਮੈਨੂੰ ਹਾਸੀ ਵੀ ਆਉਂਦੀ ਹੈ ਕਈ ਵਾਰੀ, ਤਰਸ ਵੀ ਆਉਂਦਾ, ਪਰ ਖੁਸ਼ੀ ਵੀ ਹੁੰਦੀ ਆ। ਇਹ ਸਾਡੀ ਇਹ ਨਿਊਜ਼ ਨੂੰ ਨੈਸ਼ਨਲ ਮੀਡੀਆ ਤੱਕ ਲੈ ਕੇ ਜਾਂਦਾ, ਕਿਉਂਕਿ ਉੱਦਾਂ ਦਾ ਖਬਰ ਦਿਖਾਉਂਦੇ ਨਹੀਂ, ਇਹ ਉਹਨਾਂ ਨੂੰ ਮਜਬੂਰ ਕਰਦਾ ਯਾਰ ਵੀ ਦਿਖਾਓ ਕੁਝ ਹੋਣ ਲੱਗਿਆ। ਜਿਹੜੇ ਇੱਕਾ ਦੁੱਕਾ ਲੋਕ ਘਰੇ ਬੈਠਣ ਦਾ ਸੋਚ ਰਹੇ ਸੀ, ਇਹ ਉਹਨਾਂ ਨੂੰ ਵੀ ਆਉਂਦੇ ਵੀ ਘਰੋਂ ਬਾਹਰ ਆਓ। ਹਾਂ, ਮੈਨੂੰ ਤਾਂ ਦਿਲ ਕਰਦਾ ਨਾ ਪੱਥਰਾਂ ਨੂੰ, ਮੈਂ ਹੁਣ ਵੀ ਮੈਂ ਮੱਥਾ ਟੇਕ ਕੇ ਆਇਆ, ਇਹ ਸਾਡੇ ਲਈ ਬੜੀ ਲੱਕੀ ਨੇ ਇਹ ਪੱਥਰ, ਇਹ ਲੋਕਾਂ ਨੂੰ ਇੰਸਪਾਇਰ ਕਰਦੇ ਆ ਔਰ ਚੈਲੰਜ ਵੀ ਦਿੰਦੇ ਆ, ਅਤੇ ਨਾਲ ਨਾਲ ਨੈਸ਼ਨਲ ਮੀਡੀਆ ਨੂੰ ਅਟੈਂਸ਼ਨ ਦੇਣ ਲਈ ਮਜਬੂਰ ਕਰਦੇ ਆ ਤਾਂ ਕਿ ਉਹ ਸੱਚ ਦਿਖਾਵੇ, ਕਿਸਾਨਾਂ ਦੀ ਪ੍ਰੋਬਲਮ ਨੂੰ ਦਿਖਾਵੇ। ਅੱਛਾ, ਜਦੋਂ ਪਿਛਲੀ ਵਾਰ ਦਿੱਲੀ ਜਿੱਤ ਕੇ ਆਏ ਸੀ ਤਾਂ ਉਦੋਂ ਤੁਹਾਡੀ ਆਵਾਜ਼ ਹੈ ਜਿਹੜੀ ਬੜੀ ਗੂੰਜੀ ਸੀ, ਉਹ ਆਵਾਜ਼ ਮੈਂ ਚਾਹੂੰਗਾ ਕਿ ਕਿਸਾਨ ਤਾਂ ਜੇ ਅੱਗੇ ਜਿੱਤ ਗਏ ਜਿੱਤ ਤਾਂ ਐਤਕੀ ਵੀ ਜਾਣਗੇ, ਉਹ ਆਵਾਜ਼ ਮੈਂ ਜ਼ਰੂਰ ਉਹ ਯਾਦ ਹੈ ਜਿਹੜੀ, ਉਹ ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਤੋਂ ਆਪਾਂ ਤਾਜ਼ੀ ਕਰੀਏ। ਬਿਲਕੁਲ, ਇੱਥੇ ਸ਼ੰਭੂ ਬਾਰਡਰ 'ਤੇ ਹੀ ਮੈਂ
ਖੜਾ ਲਾਇਆ ਸੀ ਆ ਕੇ ਜਦੋਂ ਜਿੱਤ ਕੇ ਆਈ ਸੀ। ਔਰ ਉਹ ਗਾਣਾ ਵੀ ਕੁਦਰਤ ਨੇ ਸਾਡੇ ਭਾਗਾਂ 'ਚ ਲਿਖਿਆ ਸੀਗਾ। ਮੈਂ ਦੋ ਲਾਈਨਾਂ ਉਹਦੀਆਂ ਸੁਣਾਉਂਦਾ। ਹੋ ਬਾਰਡਰਾਂ ਤੇ ਜਿਵੇਂ ਨੀ ਜਵਾਨ ਡਟਿਆ, ਵਿਹੜੇ ਵਿੱਚ ਤੇਰੇ ਨੀ ਕਿਸਾਨ ਡਟਿਆ, ਉਹ ਤੇਰੀ ਹਿੱਕ ਉੱਤੇ ਲਿਖ ਜਾਂਦਾ ਬਾਦ ਚੱਲਿਆ ਨੀ ਤੈਨੂੰ ਦਿੱਲੀਏ, ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀਏ। ਸੈਂਕੜੇ ਕਿਸਾਨਾਂ ਦਿੱਤੀਆਂ ਸ਼ਹਾਦਤਾਂ, ਤਾਂ ਵੀ ਤੇਰੀਆਂ ਨਾ ਬਦਲੀਆਂ ਆਦਤਾਂ, ਉਹ ਬੈਰੀਕੇਟਾਂ ਉੱਤੇ ਰੱਖ ਕੇ ਗੁਲਾਬ ਚੱਲਿਆ ਨੀ ਤੈਨੂੰ ਦਿੱਲੀਏ, ਤੈਨੂੰ ਲੰਗਰ ਛਕਾ ਕੇ ਅੱਤਵਾਦ ਚੱਲਿਆ ਨੀ ਤੈਨੂੰ ਦਿੱਲੀਏ, ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀਏ। ਆਉਣ ਵਾਲੀ ਪੀੜ੍ਹੀ ਦਿੰਦੀ ਰਹੂਗੀ ਗਵਾਹੀ, ਯੂਪੀ ਹਰਿਆਣਾ ਤੇ ਪੰਜਾਬ ਤਿੰਨੇ ਭਾਈ, ਆਉਣ ਵਾਲੀ ਪੀੜ੍ਹੀ ਦਿੰਦੀ ਰਹੂਗੀ ਗਵਾਹੀ, ਯੂਪੀ ਹਰਿਆਣਾ ਤੇ ਪੰਜਾਬ ਤਿੰਨੇ ਭਾਈ। ਕਹਿੰਦਾ ਬਿੰਦਰ ਹਲਾ ਕੇ ਤੇਰਾ ਤਾਜ ਚੱਲਿਆ ਨੀ ਤੈਨੂੰ ਦਿੱਲੀਏ, ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀਏ। ਉੱਥੇ ਪੰਜਾਬ ਤੋਂ ਮਤਲਬ ਇਹ ਨਹੀਂ ਸੀਗਾ, ਪੰਜਾਬ ਤੋਂ ਮਤਲਬ ਇੱਕ ਤਾਂ ਸੰਯੁਕਤ ਪੰਜਾਬ ਹਰਿਆਣਾ ਵੀ ਵਿੱਚ ਹੈ, ਮਤਲਬ ਜਿਹਨਾਂ ਦੇ ਅੰਦਰ ਲੜਨ ਦੀ ਭਾਵਨਾ ਹੈ, ਜ਼ੁਲਮ ਦੇ ਅੱਗੇ ਝੁਕਣਾ ਨਹੀਂ, ਚਾਹੇ ਯੂਪੀ ਵਾਲੇ ਹੈ ਕੋਈ ਵੀ ਆ, ਅਤੇ ਉਹ ਗਾਣਾ ਬਹੁਤ ਲੋਕਾਂ ਨੇ ਸੁਣਿਆ। ਜਦੋਂ ਪੁਰਾਣੇ ਬਾਰਡਰਾਂ 'ਤੇ ਅਫਗਾਨਾਂ ਨਾਲ ਮੁਗਲਾਂ ਨਾਲ ਖੇਂਦੇ ਰਹੇ, ਉਦੋਂ ਤਾਂ ਫਿਰ ਸਾਰਾ ਪੰਜਾਬ ਇਹ ਇਕੱਠਾ ਹੀ ਸੀ। ਇਹੀ ਤਾਂ ਖਾਸ ਗੱਲ ਹੈ ਕਿ ਜਦੋਂ ਵੀ ਕੋਈ ਇੱਥੇ ਐਂਟਰ ਕਰਦਾ ਸੀ, ਚਾਹੇ ਅਬਦਾਲੀ ਆਇਆ ਜਾਂ ਹੋਰ ਕੋਈ ਆਇਆ, ਟੱਕਰ ਆਪਣੇ ਨਾਲ ਹੀ ਹੋਈ ਇੱਥੇ ਆਉਂਦੀ, ਤਾਂ ਹੀ ਇੱਥੇ ਅਣਖ ਵਾਲੇ ਗਾਣੇ ਆਪਾਂ ਕਹਿ ਦਿੰਦੇ ਹਾਂ, ਹੈ ਨਾ। ਅੱਜ ਕੱਲ੍ਹ ਵੀ ਗਾਣੇ 'ਚ ਇੰਨੀ ਅਣਖ ਦੀ ਗੱਲ, ਹਥਿਆਰਾਂ ਦੀ ਗੱਲ ਕਿਉਂ ਹੁੰਦੀ ਹੈ, ਉਹ ਗਾਣੇ ਹਿੱਟ ਕਿਉਂ ਹੁੰਦੇ ਆ, ਕਿਉਂਕਿ ਲੋਕਾਂ ਦੇ ਦਿਲਾਂ ਦੇ ਸਾਡੇ ਬਲੱਡ ਦੇ ਵਿੱਚ ਉਹ ਚੀਜ਼ ਹੈਗੀ ਆ, ਅਤੇ ਤਾਂ ਹੀ ਆਪਾਂ ਅੰਦੋਲਨ ਲੜਦੇ ਹਾਂ ਸਭ ਤੋਂ ਮੂਹਰੇ ਹੋ ਕੇ। ਅਤੇ ਮੈਂ ਯੂਥ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ ਆਪਾਂ ਇੱਥੇ ਇੰਡੀਆ ਪਾਕਿਸਤਾਨ ਦਾ ਯੁੱਧ ਨਹੀਂ ਲੜਨਾ ਹੈ, ਇੱਥੇ ਆਪਾਂ ਨੇ ਪਿਆਰ ਅਤੇ ਭਾਈਚਾਰੇ ਦਾ ਸਬੂਤ ਦੇਣਾ ਹੈ। ਜਿੱਦਾਂ ਅੰਦੋਲਨ ਦੇ ਵਿੱਚ ਲੋਕਾਂ ਨੇ ਦੇਖਿਆ ਯਾਰ, ਕਿਉਂਕਿ ਸਾਨੂੰ ਨੈਸ਼ਨਲ ਮੀਡੀਆ ਜਾਂ ਗਲਤ ਕਿਰਦਾਰ ਸਾਡੇ 'ਚ ਪਾ ਕੇ ਸਾਨੂੰ ਭੰਡਿਆ ਜਾਂਦਾ, ਇਹ ਤਾਂ ਵੱਖਵਾਦੀ ਨੇ, ਫਲਾਣੇ ਨੇ, ਹੈ ਨਾ। ਤਾਂ ਇੱਕ ਡੇਢ ਸਾਲ ਸਾਡਾ ਲਾਈਵ ਡੈਮੋ ਲੱਗਿਆ ਰਿਹਾ ਦਿੱਲੀ ਬਾਰਡਰ 'ਤੇ, ਸਾਡੇ ਕਲਚਰ ਦਾ, ਸਾਡੇ ਲੰਗਰਾਂ ਦਾ, ਸਾਡੇ ਲਾਈਫ ਸਟਾਈਲ ਦਾ, ਵੀ ਯਾਰ ਇਹ ਕਿੱਦਾਂ ਦੇ ਬੰਦੇ ਆ। ਉੱਥੇ ਅਜ਼ਾਨ ਚੱਲ ਰਹੀ ਹੈ, ਉੱਥੇ ਗੁਰਬਾਣੀ ਚੱਲ ਰਹੀ ਹੈ, ਉੱਥੇ ਆਰਤੀ ਹੋ ਰਹੀ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੂ, ਇਹ ਤਾਂ ਸਭ ਨੂੰ ਖਵਾਈ ਜਾਂਦੇ ਆ, ਇਹ ਤਾਂ ਦੇਖਦੇ ਨਹੀਂ ਤੇਰੀ ਸ਼ਕਲ ਕੀ ਹੈ, ਤੇਰੇ ਕੱਪੜੇ ਕੀ ਹੈ, ਤੇਰਾ ਧਰਮ ਕੀ ਹੈ। ਤਾਂ ਉਹ ਲਾਈਵ ਡੈਮੋ ਸਾਡਾ ਲੱਗਿਆ ਰਿਹਾ ਉੱਥੇ, ਉਹਦਾ ਕ੍ਰੈਡਿਟ ਮੈਂ ਓਨਰੇਬਲ ਪ੍ਰਾਈਮ ਮਿਨਿਸਟਰ ਨੂੰ ਦਿੰਦਾ, ਜਿਨ੍ਹਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਵੀ ਆਓ ਆ ਕੇ ਇੱਥੇ ਆਪਣੇ ਕਲਚਰ ਦਾ, ਆਪਣੀ ਇਨਸਾਨੀਅਤ ਦਾ ਸਬੂਤ ਦਿਓ। ਔਰ ਜੋ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ, ਕੋਈ ਬੋਲੇ ਰਾਮ ਰਾਮ, ਕੋਈ ਅੱਲਾ ਹੈ, ਕੋਈ ਸੇਵਾ ਹੈ, ਕੋਈ ਸਹੀ ਆ, ਕੋਈ ਖੁਦਾ ਹੈ, ਮਤਲਬ ਸਾਨੂੰ ਤਾਂ ਰਾਮ ਤੋਂ ਪ੍ਰੋਬਲਮ ਹੈ, ਰਾਮ ਵੀ ਉਹੀ ਹੈ, ਖੁਦਾ ਵੀ ਉਹੀ ਹੈ, ਅੱਲਾ ਵੀ ਉਹੀ ਹੈ, ਮਤਲਬ ਆਪਾਂ ਨੇ ਉਹ ਚੀਜ਼ਾਂ ਵੀ ਨਾਲ ਵੰਡਣੀਆਂ ਨੇ। ਆਪਾਂ ਲੜਨਾ ਨਹੀਂ, ਕਿਸੇ ਪੁਲਿਸ ਵਾਲੇ 'ਤੇ ਹੱਥ ਨਹੀਂ ਚੱਕਣਾ, ਸਾਡੇ ਆਗੂਆਂ ਨੂੰ ਮੂਹਰੇ ਕਰਕੇ ਰੱਖੋ ਅਤੇ ਕੋਸ਼ਿਸ਼ ਕਰੋ ਕਿ ਲੰਗਰ ਆਪਣਾ ਰੈਡੀ ਰੱਖੋ, ਕਿਸੇ ਪੁਲਿਸ ਵਾਲੇ ਨੂੰ ਕੋਈ ਵੀ ਮਿਲਦਾ ਹੈ, ਨਾਲ ਨਾਲ ਆਪਣਾ ਆਈਡੀਓਲੋਜੀ ਨਾ ਛੱਡੋ, ਆਪਣੇ ਇੱਕ ਓਂਕਾਰ ਦਾ ਰਸਤਾ ਨਾ ਛੱਡੋ। ਤਾਂ ਉਹ ਤਸਵੀਰਾਂ ਵੀ ਅਸੀਂ ਪਿਛਲੀ ਵਾਰ ਵੀ ਦੇਖਦੇ ਰਹੇ ਹਾਂ ਕਿ ਜਿਹੜੇ ਪੁਲਿਸ ਮੁਲਾਜ਼ਮ ਪਹਿਲਾਂ ਡਾਂਗ ਮਾਰਦੇ ਸੀ, ਥੋੜ੍ਹੀ ਦੇਰ ਬਾਅਦ ਬੈਠੇ ਨਾਲ ਉਹਨਾਂ ਨੂੰ ਲੰਗਰ ਵੀ ਛਕਾਇਆ ਜਾਂਦਾ ਸੀ, ਆਪਾਂ ਦੇਖਦੇ ਰਹੇ ਹਾਂ। ਜਦੋਂ ਫਲੱਡ ਆਏ ਪਿੱਛੇ ਜੀ, ਇੱਕ ਮੇਰਾ ਗਾਣਾ ਕਾਫੀ ਵਾਇਰਲ ਹੋਇਆ ਸੀਗਾ, ਉਹ ਮੈਂ ਦੋ ਲੈਣਾ ਚਾਹੁੰਦਾ, ਉਹ ਵੀ ਸੁਣਾ ਦਿਓ। ਕਿਉਂਕਿ ਨਾ ਸਾਡੇ ਜਿਹੜੇ ਦੂਜੇ ਗਾਣੇ ਹੈ ਨਾ, ਲੋਕੀ ਭੰਡ ਦਿੰਦੇ ਆ ਕਿ ਇਹ ਵਧੀਆ ਨਹੀਂ ਗਾਉਂਦੇ, ਹੈ ਨਾ। ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਮਾਜ ਲਈ, ਇਨਸਾਨੀਅਤ ਲਈ, ਦੇਸ਼ ਲਈ, ਕੌਮ ਲਈ ਗਾਣੇ ਕਰੀਏ, ਤਾਂ ਉਹਨਾਂ ਗਾਣਿਆਂ ਨੂੰ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ। ਉਹ ਸਾਡਾ ਗਾਣਾ ਆਇਆ ਸੀਗਾ, ਤੂੰ ਖਾੜਕੂ ਕਹਿ ਕਹਿ ਕੇ ਜਿਹਦੀ ਕਰਦੀ ਰਹੀ ਬਰਬਾਦੀ, ਵੇਖ ਅੰਨੀਏ ਸਰਕਾਰੇ ਨੀ
ਸੇਵਾ ਕਰਦੇ ਨੇ ਅੱਤਵਾਦੀ, ਆਪ ਭੁੱਖੇ ਰਹਿ ਕੇ ਵੀ ਭੁੱਖੇ ਢਿੱਡ ਦੀ ਅੱਗ ਬੁਝਾਉਂਦੇ। ਭਾਵੇਂ 2% ਹੀ ਨੇ 100% ਲਈ ਲੰਗਰ ਲਾਉਂਦੇ, ਭਾਵੇਂ 2% ਹੀ ਨੇ 100% ਲਈ ਲੰਗਰ ਲਾਉਂਦੇ। ਉਹ ਤੁਸੀਂ ਜੋਕ ਬਣਾਉਂਦੇ ਹੋ ਇਹ ਭੁੱਖਿਆਂ ਲਈ ਦਾਲ ਬਣਾਉਂਦੇ, ਭਾਵੇਂ 2% ਹੀ ਨੇ 100% ਲਈ ਲੰਗਰ ਲਾਉਂਦੇ। ਇਹ ਖੂਬਸੂਰਤੀ ਹੈ ਪੰਜਾਬ ਦੀ, ਪੰਜਾਬੀਅਤ ਦੀ ਇਹ ਖੂਬਸੂਰਤੀ ਹੈ। ਨਾ ਇੱਥੇ ਕੋਈ ਧਰਮ ਦਾ ਕਲੇਸ਼ ਹੈ, ਨਾ ਜਾਤ ਪਾਤ ਦਾ ਰੌਲਾ ਹੈ। ਇੱਥੇ ਗੱਲ ਇਨਸਾਨੀਅਤ ਦੀ ਹੁੰਦੀ ਹੈ, ਗੱਲ ਹੱਕਾਂ ਦੀ ਹੁੰਦੀ ਹੈ, ਤੇ ਗੱਲ ਹੱਕਾਂ ਦੀ ਖਾਤਰ ਲੜਨ ਦੀ ਹੁੰਦੀ ਹੈ, ਡਟਣ ਦੀ ਹੁੰਦੀ ਹੈ। ਉਹੀ ਸੁਨੇਹਾ ਰੇਸ਼ਮ ਅਨਮੋਲ ਹੋਣੀ ਆਪਣੇ ਤਰੀਕੇ ਨਾਲ, ਪਿਛਲੀ ਵਾਰ ਵੀ ਅਸੀਂ ਦੇਖਿਆ ਕਿ ਖੁੱਲ੍ਹ ਕੇ ਅੱਗੇ ਆਏ ਸੀ, ਔਰ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੇ ਬੋਲ ਜਿਹੜਾ ਹੈਗਾ ਲਿਖਣ ਤੇ ਬੋਲਣ ਤੇ ਗਾਉਣ ਦੇ ਲਈ ਵੀ ਜਿਗਰਾ ਚਾਹੀਦਾ, ਤੇ ਪੰਜਾਬੀਆਂ ਦੇ ਵਿੱਚ ਇਸ ਜਿਗਰੇ ਦੀ ਕੋਈ ਘਾਟ ਨਹੀਂ ਹੈ, ਉਹਦਾ ਸਬੂਤ ਵੀ ਇਹਨਾਂ ਨੇ ਦੇਤਾ। ਕਿਉਂਕਿ ਪਿਛਲੀ ਵਾਰ ਅਸੀਂ ਇਹ ਵੀ ਦੇਖਿਆ ਕਿ ਕਈ ਗਾਇਕਾਂ ਨੂੰ ਸੰਮਨ ਨੋਟਿਸ ਵੀ ਆਏ, ਕਾਫੀ ਕੁਛ ਹੋਇਆ, ਪਰ ਬਾਵਜੂਦ ਇਸਦੇ ਜੇ ਅੱਜ ਰੇਸ਼ਮ ਅਨਮੋਲ ਇੱਥੇ ਖੜ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਡਟ ਗਏ ਨੇ, ਤੇ ਵਾਕਈ ਇੱਥੋਂ ਇਹ ਸੁਨੇਹਾ ਜ਼ਰੂਰ ਜਾਂਦਾ ਕਿ ਜੇ ਸੰਘਰਸ਼ ਸ਼ੁਰੂ ਹੋ ਗਿਆ ਤਾਂ ਸੰਘਰਸ਼ ਵੱਡਾ ਹੋ ਸਕਦਾ ਹੈ। ਤਾਂ ਇਸ ਦੇ ਲਈ ਸੁਨੇਹਾ ਸਰਕਾਰਾਂ ਤੱਕ ਇਹੀ ਕਿ ਜਿੰਨੀ ਜਲਦੀ ਗੱਲ ਨਿਬੜ ਜੇ ਚੰਗਾ ਹੈ, ਬੈਠ ਕੇ ਟੇਬਲ ਤੇ ਗੱਲ ਨਿਬੜ ਜੇ ਤਾਂ ਬਹੁਤ ਚੰਗਾ। ਸੰਘਰਸ਼ ਦਾ ਰਸਤਾ ਸ਼ਾਇਦ ਅਗਰ ਸ਼ੁਰੂ ਹੁੰਦਾ ਤਾਂ ਲੰਬਾ ਜਾ ਸਕਦਾ, ਬਿਨਾਂ ਜਿੱਤੇ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਵਾਪਸ ਨਹੀਂ ਮੁੜਨਾ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਸ਼ੰਭੂ ਬੈਰੀਅਰ।